You're listening to CNN Toronto, Chawla News Network Toronto. ਜੀਨੂੰ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸ਼ੁਕਰੀਆ। ਕੀ ਹਾਲ ਚਾਲ? ਠੀਕ ਹੋ ਜੀ? ਹਾਂ ਜੀ, ਹਾਂ ਜੀ। ਸੀ ਜਮਾਰ ਤੇ ਨਾ 20 ਮੀਟਰ ਬਹਿ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਸਾਥ ਦੇ ਰਹੇ ਨੇ ਮੇਰਾ ਮੈਡਮ ਅੰਜੂ ਸਿੱਕਾ ਜੀ। ਜੀ ਜੀ ਹਾਂਜੀ, ਸਵਾਲ ਤੁਸੀਂ ਪੁੱਛੋ ਕਿ ਪਹਿਲਾਂ ਮੈਂ ਪੁੱਛਾਂ? ਜੈਂਟਸ ਫਸਟ। ਚਲੋ ਨਹੀਂ, ਲੇਡੀਜ਼ ਫਸਟ। ਨੋ ਪ੍ਰੋਬਲਮ। ਮਿੰਟੂ ਸਤਿ ਸ੍ਰੀ ਅਕਾਲ ਮੇਰੇ ਵੱਲੋਂ। ਜੀ ਜੈਂਟਸ ਫਸਟ ਵੀ ਕਰ ਦੇਣਾ ਚਾਹੀਦਾ। ਮਿੰਟੂ ਜੀ, ਚੋਣ ਜਿੱਤਣ ਦੇ ਲਈ ਖਬਰਾਂ ਚੰਗਾ ਕਿ ਗੈਂਗਸਟਰਾਂ ਦਾ ਸਹਾਰਾ ਲਿਆ ਜਾ ਰਿਹਾ, ਕੀ ਵਿਚਾਰ ਰੱਖਦੇ ਹੋ ਤੁਸੀਂ? ਹਾਂਜੀ, ਦੇਖੋ, ਇਹ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੱਲ ਕਹੀ ਆ ਤੇ ਚਰਨਜੀਤ ਸਿੰਘ ਚੰਨੀ ਨੇ ਵੀ ਗੱਲ ਕਹੀ ਆ। ਵੈਸੇ ਇਹਦੀ ਆਜ਼ਾਦੀ ਤੋਂ ਬਾਅਦ ਹੀ ਕੰਮ ਚੱਲ ਪਿਆ ਸੀਗਾ ਕਿ ਲੰਡੇ ਲੁੱਚੇ ਬਦਮਾਸ਼ ਜਿਹੜੇ ਆ ਉਹ ਪੋਲੀਟੀਕਲ ਬੰਦਿਆਂ ਦਾ ਸਹਾਰਾ ਬਣ ਗਿਆ ਸੀ, ਤੇ ਫਿਰ ਬਾਅਦ ਦੇ ਵਿੱਚ ਪੋਲੀਟੀਕਲ ਬੰਦਿਆਂ ਨੂੰ ਤਾਂ ਜਾਂਦਾ ਵੇਖਿਆ ਜਦੋਂ ਉਹਨਾਂ ਬਦਮਾਸ਼ਾਂ ਨੇ, ਤੇ ਉਹਨੇ ਆਖਿਆ ਕਿ ਫਿਰ ਅਸੀਂ ਤੁਹਾਡੇ ਵਾਸਤੇ ਕਿਉਂ ਕੰਮ ਕਰਨਾ ਸੀ, ਆਪਣੀ ਕੰਪਨੀ ਨਾ ਖੋਲ ਲਈਏ। ਬਿਲਕੁਲ, ਟਰੱਕ ਡਰਾਈਵਰ ਹੈ, ਅਗਲਾ ਕਿਸੇ ਵੇਲੇ ਮਿਹਨਤ ਕਰਕੇ ਸੋਚਦਾ ਹੀ ਆ ਕਿ ਯਾਰ ਕਮਾ ਕਮਾ ਕੇ ਮਾਲਕ ਨੂੰ ਦਿੰਦਾ, ਮੈਂ ਆਪਣੀ ਨਾ ਗੱਡੀ ਪਾ ਲਵਾਂ। ਉਤਰਾ ਹੀ ਉਹ ਵੀ ਆ ਗਏ ਮੈਦਾਨ ਚ, ਤਾਂ ਫਿਰ ਹੁਣ ਇਹੀ ਹਾਲ ਇੱਥੇ ਦਾ ਕਿ ਇਹ ਸਿਸਟਮ ਜਿਹੜਾ ਉਹ ਇੰਨਾ ਗੰਧਲਾ ਕਿ ਹੁਣ ਗੱਲ ਹੀ ਛੱਡ ਦਿਓ। ਪ੍ਰਤਾਪ ਸਿੰਘ ਬਾਜਵਾ ਨੇ ਕੱਲ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਹੱਥ ਜੋੜ ਕੇ ਵੋਟਾਂ ਨਹੀਂ ਮਿਲ ਰਹੀਆਂ ਤਾਂ ਹੁਣ ਗੈਂਗਸਟਰਾਂ ਦਾ ਸਹਾਰਾ ਲੈ ਰਿਹਾ ਕਿ ਵੋਟਾਂ ਮਤਲਬ ਕਿ ਹੱਥ ਤੋੜ ਕੇ ਲੈ ਲਓ, ਹੱਥ ਜੋੜ ਕੇ ਨਹੀਂ ਮਿਲ ਰਹੀਆਂ, ਤਾਂ ਕਿਹਦੇ ਵੱਲ ਇਸ਼ਾਰਾ ਹੈ? ਸਾਫ਼ ਤੌਰ ਤੇ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਦਿਨ ਪਿਸ਼ਾਫ ਕੀਤਾ ਸੀ ਪ੍ਰੈਸ ਕਾਨਫਰੰਸ ਕਰਕੇ, ਇੱਕ ਤਸਵੀਰ ਜਿਹੜੀ ਹੈ ਉਹ ਮੀਡੀਆ ਦੇ ਸਨਮੁੱਖ ਰੱਖੀ ਸੀ ਦਲਜੀਤ ਭਾਨਾ, ਏ ਗ੍ਰੇਡ ਦਾ ਇਹ ਗੈਂਗਸਟਰ ਆ। ਪਰ ਹੁਣ ਇਹਦਾ ਨਾਂ ਇਹਨਾਂ ਅਖਬਾਰਾਂ ਸੁਰਖੀਆਂ ਚ ਨਹੀਂ ਆਉਂਦਾ ਕਿਉਂਕਿ ਇਹ ਐਕਟਿਵ ਹੋਏ ਸਨ 2008-09 ਦੇ ਆਸ ਪਾਸ, ਫਿਰ ਇਹਦੇ ਤੋਂ 12 ਚ ਕਤਲ ਹੋਇਆ ਪ੍ਰਿੰਸ ਦਾ, ਪ੍ਰਿੰਸ ਦੀ ਪੈਰਵਾਈ ਕਰਦੇ ਸੀਗੇ ਦੀਪਾਂਸ਼, ਸਿਮਰਨ ਤੇ ਘੁੱਗੀ, ਉਹਨਾਂ ਦੇ ਵਿੱਚੋਂ ਦੋ ਨੂੰ ਮਾਰ ਦਿੱਤਾ ਸੀ ਦੀਪਾਂਸ਼ ਤੇ ਸਿਮਰਨ ਨੂੰ, ਬਾਅਦ ਦੇ ਵਿੱਚ ਇਹਨੂੰ ਕੈਦ ਹੋ ਗਈ ਉਮਰ ਕੈਦ। ਚੰਨੀ ਉਰੀ ਜਾਂ ਕਾਂਗਰਸੀ ਇਹ ਕਹਿ ਰਹੇ ਆ ਕਿ ਇਹਨੂੰ ਖਾਸ ਮੌਕੇ ਤੇ ਭਾਨੇ ਨੂੰ ਲਿਆਂਦਾ ਗਿਆ ਬਾਹਰ, ਤੇ ਜਲੰਧਰ ਵੈਸਟ ਦੀ ਚੋਣ ਦੇ ਵਿੱਚ ਇਹ ਸਰਗਰਮਿਆ, ਮਤਲਬ ਕਿ ਇਹਦੇ ਤੋਂ ਕੰਮ ਲਿਆ ਜਾ। ਦੇਖੋ, ਦੋਸ਼ ਗੰਭੀਰ ਨੇ, ਅੱਜ ਕੱਲ ਮਾਨ ਸਾਹਿਬ ਤੇ ਦੋਸ਼ ਗੰਭੀਰ ਹੀ ਲੱਗਦੇ ਆ, ਪਤਾ ਨੀ ਕਿਉਂ। ਤਾਂ ਹੁਣ ਇਹਨਾਂ ਗੱਲਾਂ ਤੇ ਕੋਈ ਸਫਾਈ ਅਧਿਕਾਰਤ ਤੌਰ ਤੇ ਆਮ ਆਦਮੀ ਪਾਰਟੀ ਨਹੀਂ ਦੇ ਰਹੀ। ਵੈਸੇ ਬੇਸਿਕਲੀ ਤਾਂ ਕੀ ਹੁੰਦਾ ਕਿ ਜੇਕਰ ਇਸ ਤਰ੍ਹਾਂ ਦਾ ਕੋਡ ਆਫ ਕੰਡਕਟ ਲੱਗਾ ਹੋਵੇ ਚੋਣਾਂ ਹੋਣ, ਤਾਂ ਸੰਬੰਧਿਤ ਇਲਾਕੇ ਤੇ ਬਦਮਾਸ਼ਾਂ ਨੂੰ ਪੈਰੋਲ ਵਗੈਰਾ ਬੰਦ ਕਰ ਦਿੱਤੀ ਜਾਂਦੀ ਆ, ਤੇ ਜੇ ਕੋਈ ਭਗੌੜਾ ਵੀ ਹੋਵੇ ਤਾਂ ਉਹਨੂੰ ਵੀ ਫੜੋ ਫੜਾਈ ਵਾਸਤੇ ਯਤਨਸ਼ੀਲ ਕੀਤਾ ਜਾਂਦਾ ਹੈ ਪੁਲਿਸ ਨੂੰ ਕਿ ਇਹ ਬੰਦੇ ਜਿਹੜੇ ਇਸ ਇਲਾਕੇ ਦੇ ਭਗੌੜੇ ਹੈਗੇ ਨੇ ਇਹਨਾਂ ਨੂੰ ਫੜਿਆ ਜਾਵੇ। ਪਰ ਹੁਣ ਇਹਨਾਂ ਦੋਸ਼ਾਂ ਦੇ ਵਿੱਚ ਸੱਚਾਈ ਕੀ ਹੈ ਮੈਨੂੰ ਪਤਾ ਨਹੀਂ, ਪਰ ਦਲਜੀਤ ਭਾਨਾ ਜਦੋਂ ਭਗੌੜਾ ਸੀਗਾ ਤਾਂ ਉਸ ਵੇਲੇ ਜਿਹੜੇ ਪੀੜਿਤ ਸੀ ਉਹ ਕਹਿੰਦੇ ਸੀ ਕਿ ਇਹਨੂੰ ਭਾਜਪਾ ਦਾ ਇੱਕ ਨੇਤਾ ਪ੍ਰੋਟੈਕਟ ਕਰ ਰਿਹਾ ਕਿਉਂਕਿ ਉਸ ਵੇਲੇ ਸਰਕਾਰ ਅਕਾਲੀਆਂ ਦੀ ਸੀ। ਅੱਜ ਉਲਟਾ, ਤੁਸੀਂ ਸਮਝ ਸਕਦੇ ਹੋ ਕਿ ਦੋਸ਼ ਹੀ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸ ਤਰ੍ਹਾਂ ਸਿਆਸਤ ਦੇ ਨਾਲ ਜੁੜਦੇ ਵੱਜਦੇ। ਬਿਲਕੁਲ ਸਹੀ ਕਿਹਾ ਤੁਸੀਂ ਕਿ ਆਜ਼ਾਦੀ ਤੋਂ ਬਾਅਦ ਇਹਨਾਂ ਨੂੰ ਵਰਤਣਾ ਸ਼ੁਰੂ ਕੀਤਾ, ਫਿਰ ਇਹਨਾਂ ਨੂੰ ਅੱਖਾਂ ਦਿਖਾਉਣ ਲੱਗੇ, ਇਹਨਾਂ ਦੇ ਕੰਮ ਔਖੇ ਸੌਖੇ, ਫਿਰ ਪਹਿਲੇ ਤਰ ਲਿਆਣਾ, ਫਿਰ ਇਹਨਾਂ ਕਿਹਾ ਵੀ ਆਪਣੀ ਪਾਰਟੀ ਖੋਲਣੇ। ਬਹੁਤ ਵਧੀਆ ਗੱਲ ਹੈ ਤੁਸੀਂ ਕਹੀ, ਬਹੁਤ ਵਧੀਆ, ਇਹ ਸੱਚੀ ਗੱਲ ਹੈ। ਸੀ ਜੇ ਬਾਹਰ 1320 ਮੀਟਰ ਬੈਂਡ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ, ਬਹੁਤ ਵੱਡੀ ਤਾਦਾਦ ਦੇ ਵਿੱਚ ਗੈਂਗਸਟਰ ਪਿਛੋਕੜ ਵਾਲੇ ਲੋਕ ਰਾਜਨੀਤੀ ਦੇ ਵਿੱਚ ਨੇ, ਬਹੁਤ ਆਬਵੀਅਸ ਗੱਲ ਹੈ, ਬੜੇ ਬੀਬੇ ਬਣ ਜਾਂਦੇ ਨੇ ਬਾਅਦ ਦੇ ਵਿੱਚ। ਹਾਂਜੀ, ਜਿਵੇਂ ਉਹ ਬਾਬਾ ਬੀਬਾ ਬਣ ਕੇ ਵੇਖੋ, ਐਲੀਗੇਸ਼ਨ ਉੱਤੇ ਕਿਹੜੇ ਆ? ਹਾਂਜੀ ਜੀ ਜੀ,
ਐਲੀਗੇਸ਼ਨ ਜਿਹੜੇ ਨੇ ਉਹ ਤੇ ਕਿਸ ਤਰ੍ਹਾਂ ਦੀ ਤੀ, ਅੱਜ ਵੇਖੋ ਬਾਬਾ ਬਣਿਆ। ਬਾਬਿਆਂ ਦਾ ਵੈਸੇ ਹੈ ਇਤਿਹਾਸ ਇਹੋ ਜਿਹਾ। ਖੈਰ ਨਹੀਂ ਵੇ, 905-813-1320 ਪਖੰਡੀ ਬਾਬਿਆਂ ਦੀ ਗੱਲ ਕਰਦੇ ਹਾਂ। ਫੇਰ ਬਦਲ ਸਰਕਾਰ ਤੇ ਪਾਰਟੀ 'ਚ ਸੰਭਵ ਹੈ, ਜੇ ਸੰਭਵ ਹੈ ਤਾਂ ਬਾਕੀ ਕੀ ਬਚਿਆ ਮਿੰਟੂ ਜੀ? ਹਾਂਜੀ ਦੇਖੋ ਬਿਲਕੁਲ ਜੀ, ਗੱਲ ਇਹ ਆ ਕਿ ਸੰਭਵ ਹੈ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈ। ਗੱਠਜੋੜ ਹੈ ਨਹੀਂ ਗਾ, ਸਰਕਾਰ ਆਪਣੇ ਦਮ ਤੇ ਚਲਾ ਰਹੀ ਆ ਪਾਰਟੀ। ਤਾਂ ਗੱਲ ਇਹ ਆ ਕਿ 2-3 ਮੰਤਰੀ ਤਾਂ ਪਹਿਲਾਂ ਹੀ ਸ਼ਾਰਟ ਨੇ। ਹੁਣ ਸੰਭਵ ਹੈ ਕਿ ਜੋ ਜਲੰਧਰ ਵੈਸਟ ਦਾ ਇਲੈਕਸ਼ਨ ਖਤਮ ਹੋਏਗਾ, ਗਾਂ ਜਿਹੜੀਆਂ ਜ਼ਿਮਨੀ ਚੋਣਾਂ ਉਹਦੇ ਵਾਸਤੇ ਇੱਕ ਵਕਫਾ ਮਿਲ ਜਾਏਗਾ, ਯਾਨੀ 3-4 ਮਹੀਨਿਆਂ ਦਾ ਸਮਾਂ ਮੰਨ ਕੇ ਚੱਲੋ ਕਿ ਇਹਨਾਂ ਨੂੰ ਮਿਲ ਜਾਏਗਾ। ਤੇ ਇਸ ਦਰਮਿਆਨ ਹੋ ਸਕਦਾ ਹੈ ਕਿ ਭਾਈ ਇਹ ਫੇਰ ਬਦਲ, ਜਿਹਨੂੰ ਆਪਾਂ ਰੱਦੋ ਬਦਲ ਕਹਿ ਦਿੰਦੇ ਹਾਂ ਜਾਂ ਰੀਸ਼ਫਲਿੰਗ ਕਹਿ ਦਿੰਦੇ ਹਾਂ, ਕਿ ਮੰਤਰੀ ਮੰਡਲ ਚ ਵੇਖਣ ਨੂੰ ਮਿਲ ਸਕਦੀ ਆ। ਕਿਉਂਕਿ ਐਸੇ ਸੰਕੇਤ ਮਾਨ ਸਾਹਿਬ ਵੀ ਦੇ ਰਹੇ ਨੇ ਵਾਰ ਵਾਰ ਕਿ ਭਗਤ ਨੂੰ ਜਿਤਾਓ ਤੇ ਮੰਤਰੀ ਮੈਂ ਬਣਾ ਦਊਂਗਾ, ਭਗਤ ਨੂੰ ਜਿਤਾਓ ਤੇ ਮੰਤਰੀ ਮੈਂ ਬਣਾ ਦਊਂਗਾ। ਕੁਛ ਮਤਲਬ ਕਿ ਹਿਟਲੇ ਪੱਧਰ ਤੇ ਜੋ ਬੋਰਡ ਵਗੈਰਾ ਹੁੰਦੇ ਆ ਜਾਂ ਜਿਹਨਾਂ ਦੇ ਵਿੱਚ ਚੇਅਰਮੈਨੀ ਆ, ਉਹਦੇ ਵਾਸਤੇ ਵੀ ਹੁਣ ਯਤਨਸ਼ੀਲ ਨੇ ਮਾਨ ਸਾਹਿਬ ਕਿ ਐਡਜਸਟਮੈਂਟ ਕੀਤੀ ਜਾਵੇ ਉਹਨਾਂ ਲੀਡਰਾਂ ਦੀ ਜਾਂ ਉਹਨਾਂ ਵਰਕਰਾਂ ਦੀ, ਯਾਰ ਜਿਹੜੇ ਲੰਮੇਰੇ ਸਮੇਂ ਤੋਂ ਪਾਰਟੀ ਲਈ ਕੰਮ ਕਰਦੇ ਪਏ ਨੇ। ਹੁਣ ਦੇਖੋ ਇਹ ਸਾਰੀ ਕਹਾਣੀ ਜਿਹੜੀ ਜੁੜਦੀ ਆ ਨਾ, ਉਹ ਜੁੜਦੀ ਆ ਜਲੰਧਰ ਜ਼ਿਮਨੀ ਚੋਣ ਦੀ ਜਿੱਤ ਨਾਲ। ਮੈਂ ਤੁਹਾਨੂੰ ਕੱਲ ਵੀ ਦੱਸ ਦਿੱਤਾ ਸੀਗਾ, ਤੁਸੀਂ ਸੋਚ ਕੇ ਦੇਖੋ ਕਿ ਮਾਨ ਸਾਹਿਬ ਦੀ ਹਾਲਤ ਕੀ ਆ, ਕਿ ਉਹ ਇੱਕ ਸਾਬਕਾ ਕੌਂਸਲਰ ਨੂੰ ਪਾਰਟੀ ਜੁਆਇਨ ਕਰਵਾ ਰਹੇ ਨੇ, ਉਹਨਾਂ ਦੀ ਮਜਬੂਰੀ ਦੇਖੋ। ਆਪ ਵਿੱਚੋਂ ਜੇ ਤੈਨੂੰ ਪਤਾ ਨੀ, ਮਜ਼ਾਕ ਆ ਕਿ ਅੰਨੀ ਦੇ ਮਜ਼ਾਕ ਵੀ ਕਰ ਦਿੰਦੇ ਨੇ ਨਾ ਕਈ ਵਾਰ, ਉਹ ਕਹਿੰਦੇ ਕਿ ਇੱਕ 16-17 ਸਾਲ ਦਾ ਹੀ ਨੌਜਵਾਨ ਭੇਜਤਾ ਉਹਨਾਂ ਨੇ, ਜਿਹਦੀ ਵੋਟ ਨੀ ਬਣੀ ਉਹਨੂੰ ਵੀ ਸਾਫਾ ਪਾ ਦਿੱਤਾ ਗਿਆ, ਜੁਆਇਨਿੰਗ ਕਰਵਾ ਦਿੱਤੀ। ਮਤਲਬ ਸਾਬਕਾ ਕੌਂਸਲਰ ਤੋਂ ਲੈ ਕੇ ਕੌਂਸਲਰ ਤੱਕ ਨੂੰ ਪਾਰਟੀ ਜੁਆਇਨ ਕਰਵਾ ਰਹੇ ਨੇ। ਔਰ ਇਹਦੇ ਵਿੱਚ ਤੁਸੀਂ ਫਜ਼ੀਅਤ ਵੀ ਦੇਖੀ ਆ ਮਾਨ ਸਾਹਿਬ ਦੀ ਕਿੰਨੀ ਵੱਡੀ ਹੋਈ, ਕਿ ਬਾਗੀ ਧੜੇ ਜਿਹੜੇ ਸੁਧਾਰਵਾਦੀ ਅਕਾਲੀ ਆ ਉਹਨਾਂ ਦੇ ਉਮੀਦਵਾਰ ਨੂੰ ਇਹ ਲੈ ਆਏ ਤੇ ਕੁਛ ਘੰਟਿਆਂ ਬਾਅਦ ਵਾਪਸ ਚਲੇ ਗਏ। ਇਹ ਸਾਰੀ ਜੱਦੋਜਹਿਦ ਜਿਹੜੀ ਆ ਕਿ ਮੰਤਰੀ ਮੰਡਲ ਚ ਰੱਦੋ ਬਦਲ ਜਿਹੜਾ ਹੋ ਜਾਊਗਾ, ਤੁਸੀਂ ਜਿਤਾਓ ਉਹਦੇ ਚ ਆਪਾਂ ਤੁਹਾਡਾ ਮੰਤਰੀ ਬਣਾ ਦਿਆਂਗੇ ਵਿਧਾਇਕ, ਫਿਰ ਹੇਠਾਂ ਇਹ ਮੈਸੇਜ ਦੇਣ ਦਾ ਯਤਨ ਕੀਤਾ ਜਾ ਰਿਹਾ ਕਿ ਤਗੜੇ ਹੋਵੋ ਯਾਰ, ਤੁਹਾਨੂੰ ਆਪਾਂ ਦਿੰਦੇ ਹਾਂ ਕੁਰਸੀਆਂ, ਦਿੰਦੇ ਹਾਂ ਤੁਹਾਨੂੰ ਤਰਜੀਹਾਂ, ਦਿੰਦੇ ਹਾਂ। ਇਹ ਸਾਰਾ ਕੁਛ ਜਿਹੜਾ ਆ ਨਾ ਉਹ ਜਲੰਧਰ ਜ਼ਿਮਨੀ ਚੋਣ ਨਾਲ ਜਿੱਤਦਾ। ਲਾਜ ਤੇ ਤਾਜ ਦੋਵੇਂ ਦਾਤੇ ਨੇ ਜੀ, ਕਿਆ ਬਾਤ ਹੈ, ਬਿਲਕੁਲ ਸਹੀ ਗੱਲ। ਲਾਜ ਤੇ ਤਾਜ ਦਾਤੇ ਲੱਗ ਜਾਂਦੇ ਆ ਫਿਰ ਤੁਹਾਨੂੰ ਪਤਾ ਰਾਤ ਉਹ ਗਾਣਾ ਸੀ ਨਾ, ਉੱਡ ਗਈਆਂ ਵੇ ਜ਼ਾਲਮਾ ਤੇਰੇ ਤੋਂ ਬਗੈਰ ਮੇਰੀਆਂ ਨੀਂਦਾਂ, ਤਾਂ ਇਹ ਫਿਰ ਨੀਂਦਾਂ ਉੱਡ ਜਾਂਦੀਆਂ ਨੇ। ਇਸੇ ਕਰਕੇ ਕੁਝ ਦਿਨਾਂ ਦੀ ਬੱਚੀ ਆ, ਕੁਝ ਹਫ਼ਤਿਆਂ ਦੀ ਬਾਲੜੀ ਆ, ਉਹਨੂੰ ਲੈ ਕੇ ਮਾਨ ਸਾਹਿਬ ਤੇ ਜਿਹੜੇ, ਕਿਉਂਕਿ ਮੈਂ ਸਭ ਨੂੰ ਜਾਣਦਾ ਇਹਨਾਂ ਦੇ ਵਿੱਚ ਹੀ, ਮੈਂ ਵਿੱਚ ਰਿਹਾ ਕਿ ਜਿਹੜੇ ਇਹਨਾਂ ਦੇ ਖਾਸਮ ਖਾਸ ਬੰਦੇ ਆ ਮਾਨ ਸਾਹਿਬ ਬੰਨੀ ਦੇ, ਇੱਧਰ ਮੌੜ ਬੰਨੀ ਦੇ, ਉਹ ਵੀ ਬੰਦੇ ਮਾਨ ਸਾਹਿਬ ਨੇ ਉੱਥੇ ਬੁਲਾ ਲਏ ਕਿ ਆ ਜਾਓ ਵੈਰੀਓ, ਆ ਜਾਓ ਲਾਸਟ ਹੱਲਾ ਜੇ। ਕਿਆ ਬਾਤ ਹੈ, ਔਰ ਜਿਵੇਂ ਸੁੱਚਾ ਸਿੰਘ ਛੋਟੇਪੁਰ ਕਹਿੰਦਾ ਸੀ ਨਾ, ਜੋ ਪ੍ਰਧਾਨ ਬਣ ਲੱਗਾ ਹੈ ਸਿੱਧੂ, ਉਹ ਚਾਚਾ ਆ ਜਾ, ਸਿੱਧੂ ਸਾਹਿਬ ਆ ਗਈ। ਇਹ ਸੁੱਚਾ ਸਿੰਘ ਛੋਟੇਪੁਰ ਸਾਹਿਬ ਨੇ ਇਸ ਸਟਾਈਲ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਬੋਲਿਆ ਹੈ ਜੀ ਮਾਰ ਤੇਰਾ ਸੋ, ਬਿਲਕੁਲ ਇਸੇ ਤਰ੍ਹਾਂ ਬੋਲਿਆ ਸੀ ਉਹਨਾਂ ਨੇ ਜਦੋਂ ਉਹਨਾਂ ਇੰਟਰਵਿਊ ਕੀਤੀ ਸੀ। ਖੈਰ ਆਪਾਂ ਕਾਲ ਲੈ ਲਈਏ ਏਦਾਂ ਹੀ। ਹਾਂਜੀ ਹਾਂਜੀ, ਵੈਲਕਮ ਜੀ, ਹੈਲੋ, ਚਲੋ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ,
ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੇਰਾ ਚਾਰੋ ਸਾਹਿਬ ਇਹੀ ਤੁਹਾਨੂੰ ਇੱਕ ਸਵਾਲ ਹੈ ਕਿ ਤੁਸੀਂ ਇਹਨੇ ਲੰਮੇ ਸਮੇਂ ਤੋਂ ਪੱਤਰਕਾਰੀ ਕਰਦੇ ਆ ਰਹੇ ਹੋ, ਬੜੇ ਮਤਲਬ ਸੁੱਜੇ ਢੰਗ ਨਾਲ, ਸੱਚੀ ਸੁੱਚੀ, ਤੇ ਜਿਹੜਾ ਜਿਹੜਾ ਮੇਰਾ ਓਪੀਨੀਅਨ ਹੈ ਕਿ ਤੁਸੀਂ ਆਪਣੇ ਮਨੋ ਕਿਹੋ ਕਿ ਭਾਵੇਂ ਚਲੋ ਜੋ ਮਰਜ਼ੀ ਹੋਵੇ, ਮੈਨੂੰ ਨਹੀਂ ਪਤਾ, ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਣ ਲੱਗਾ ਕਿ ਮੈਨੂੰ ਪਤਾ ਤੁਹਾਡੀ ਮਜਬੂਰੀ ਕੋਈ ਨਹੀਂ ਹੋਣੀ ਵੈਸੇ, ਪਰ ਸੱਚੇ ਦਿਲੋਂ ਜਵਾਬ ਦਿਓ ਕਿ ਜਿਹੜਾ ਭਗਵੰਤ ਮਾਨ ਆ, ਕੀ ਤੁਸੀਂ ਉਹਨੂੰ ਲੀਡਰ ਮੰਨਦੇ ਹੋ? ਉਹ ਲੀਡਰ ਕੁਆਲਿਟੀ ਹੈਗੀ ਉਹ? ਵੇਖੋ, ਸ਼ੁਰੂ ਦੇ ਵਿੱਚ ਜਦੋਂ ਮੈਂਬਰ ਪਾਰਲੀਮੈਂਟ ਬਣੇ ਨੇ, ਲੀਡਰਸ਼ਿਪ ਤਾਂ ਉਹਨਾਂ ਨੇ ਦਿਖਾਈ, ਬਾਅਦ ਦੇ ਵਿੱਚ ਮੈਂ ਤਾਂ ਉਹਨਾਂ ਨੂੰ ਸੁਨੇਹਾ ਵੀ ਲਾਇਆ ਸੀਗਾ ਇੱਕ ਵਾਰੀ ਕਿ ਆਪਣਾ ਆਲਾ ਦੁਆਲਾ, ਜਿਵੇਂ ਮਿੱਟੂ ਜੀ ਨੇ ਦੱਸਿਆ, ਹੁਣ ਆਲਾ ਦੁਆਲਾ ਸੁਧਾਰੋ, ਬਣ ਸਕਦੇ ਨੇ ਨੇਤਾ, ਮਚਿਓਰ ਹੋਣ 'ਤੇ ਟਾਈਮ ਲੱਗਣਾ ਜੀ, ਨੇਤਾਗਿਰੀ ਤਾਂ ਹੈ ਥੋੜ੍ਹੀ ਬਹੁਤੀ, ਕੋਈ ਇਹ ਨਹੀਂ ਹੈਗੀ ਕਿ ਨਹੀਂ ਹੈ, ਖਾਲੀ ਤਾਂ ਨਹੀਂ ਹੈਗੀ, ਆਲੇ ਦੁਆਲੇ ਜਿਹੜੇ ਨਾ ਲੋਕ, ਕੁਝ ਸਲਾਹਕਾਰ ਜਿਹੜੇ ਨੇ ਉਹ ਸੁਧਾਰਨੇ ਪੈਂਦੇ ਹੁੰਦੇ, ਜਿਵੇਂ ਅਸੀਂ ਭਾਈ ਅੰਮ੍ਰਿਤਪਾਲ ਹੋਣਾਂ ਨੂੰ ਵੀ ਸੁਨੇਹਾ ਲਾਇਆ ਸੀ ਵੀ ਆਲਾ ਦੁਆਲਾ ਸੁਧਾਰੋ, ਤੁਸੀਂ ਕੰਮ ਚੰਗਾ ਕਰ ਰਹੇ ਹੋ, ਤੇ ਗਰਮ ਜੋਸ਼ੀ ਤੋਂ ਥੋੜਾ ਜਿਹਾ ਖਿਆਲ, ਕਿਉਂਕਿ ਇਹ ਬੜਾ ਵੱਡਾ ਪੜਾਅ ਆ ਉੱਥੇ ਤੁਹਾਡੇ ਵਾਸਤੇ, ਪਰ ਨਹੀਂ, ਲੀਡਰ ਤਾਂ ਹੈ ਨਾ, ਇਹਦੀ ਕੋਈ ਦੋ ਰਾਮ ਆ, ਹੌਲੀ ਹੌਲੀ ਸਿੱਖ ਜਾਣਗੇ, ਕੋਈ ਨਹੀਂ। ਥੈਂਕ ਯੂ, ਮਿਹਰਬਾਨੀ, ਸੋ ਨਾਈਸ ਸਾਹਿਬ ਜੀ ਸਵਾਲ ਕਰਨ ਵਾਸਤੇ। ਹਾਂਜੀ, ਸਵਾਲ ਮੈਨੂੰ ਸੀ, ਮੈਂ ਜਵਾਬ ਦੇ ਦਿੱਤਾ, ਤੇ ਅਗਲਾ ਸਵਾਲ ਹੈਗਾ ਅੰਜੂ ਜੀ ਕੋਲ। ਜੀ ਮਿੰਟੂ ਜੀ, ਸ਼ਿਵ ਸੈਨਾ ਆਗੂ ਨੂੰ ਵੱਢਣ ਵਾਲੇ ਨਿਹੰਗ ਗ੍ਰਿਫਤਾਰ ਹੋ ਗਏ ਨੇ, ਖਬਰਾਂ ਚ ਹੈਗਾ, ਤੁਸੀਂ ਕੀ ਕਹਿਣਾ ਚਾਹੋਗੇ? ਕੀ ਹੈ ਮਾਮਲਾ ਮਿੰਟੂ ਜੀ ਪੂਰਾ? ਦੇਖੋ, ਮਾਮਲਾ ਤੇ ਇਹੋ ਹੀ ਆ ਕਿ ਇਹ ਜਿਹੜਾ ਹੈਗਾ ਹੈ, ਵੈਸੇ ਤੇ ਜਿਹੜਾ ਸੰਦੀਪ ਗੋਰਾ ਹੈ ਇਹ ਥਾਪਰ ਆ, ਜੋ ਮਤਲਬ ਕਿ ਇਹ ਵੀ ਜਿਹੜੇ ਉਹ ਸ਼ਹੀਦ ਹੋਏ ਆ ਨਾ, ਸੁਖਦੇਵ ਥਾਪਰ ਜੀ, ਲੁਧਿਆਣੇ ਤੋਂ ਆ, ਇਹ ਉਹਨਾਂ ਦੀ ਵੰਸ਼ ਦੇ ਵਿੱਚੋਂ ਆ। ਅੱਛਾ, ਥਾਪਰਾਂ ਚੋਂ ਹੀ ਆ? ਹਾਂਜੀ ਹਾਂਜੀ। ਪਰ ਇਹ ਥੋੜਾ ਜਿੱਦਾਂ ਆਪਾਂ ਦੇਖੀਏ, ਜਿਵੇਂ ਹਿੰਦੂ ਸੰਗਠਨ ਨੇ ਕੁਛ, ਸ਼ਿਵ ਸੈਨਾ ਉਹਨਾਂ ਦੀ ਅਗਾਂਹ ਕਈ ਆਪਾਂ ਕਹਿ ਸਕਦੇ ਹਾਂ ਪਾਰਟੀਆਂ ਨੇ, ਧੜੇ ਨੇ ਪੰਜਾਬ ਦੇ ਵਿੱਚ। ਹਾਲਾਂਕਿ ਇੱਕ ਚੀਜ਼ ਮੈਂ ਦੱਸਾਂ ਕਿ ਇਹ ਜਿਹੜੇ ਹਿੰਦੂ ਆਗੂ ਆ ਇੱਥੇ ਆਪਣੇ ਆਪ ਨੂੰ ਕਹਾਉਂਦੇ, ਬਹੁਤ ਸਾਰੇ ਹਿੰਦੂ ਲੋਕ ਹੀ ਇਹਨਾਂ ਨੂੰ ਆਪਣਾ ਲੀਡਰ ਨਹੀਂ ਮੰਨਦੇ ਪੰਜਾਬ ਦੇ, ਇਹ ਇੱਕ ਫੈਕਟ ਹੈ, ਕਿਉਂਕਿ ਲੁਧਿਆਣੇ ਚ ਹਿੰਦੂਆਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ, ਬਿਲਕੁਲ ਸਹੀ ਕਹਿ ਰਹੇ ਤੁਸੀਂ। ਤਾਂ ਤੁਸੀਂ ਦੇਖ ਲਓ ਕਿ ਇਹਨਾਂ ਨੇ ਕੱਲ ਜਦੋਂ ਧਰਨਾ ਪ੍ਰਦਰਸ਼ਨ ਕੀਤਾ ਉਦੋਂ ਕਿੰਨੀ ਕੁ ਤਾਦਾਦ ਸੀ, ਪਰ ਬਾਵਜੂਦ ਇਸਦੇ ਕਿ ਦੇਖੋ ਗੱਲ ਇਹ ਆ ਕਿ ਸਿਸਟਮ ਜੋ ਤੁਹਾਨੂੰ ਆਜ਼ਾਦੀ ਦਿੰਦਾ ਤੁਸੀਂ ਮੂੰਹ ਜ਼ਬਾਨੀ ਕਹੋ, ਪਹਿਲੀ ਗੱਲ ਤੇ ਆ ਕਿ ਜਿੰਨੀ ਆਜ਼ਾਦੀ ਮਿਲਦੀ ਆ ਜਦੋਂ ਤੁਸੀਂ ਉਹਦੀ ਵਰਤੋਂ ਕਰਨੀ ਹੈ, ਇੱਕ ਜ਼ਿੰਮੇਵਾਰੀ ਆਪਣੇ ਆਲੇ ਦੁਆਲੇ ਰੱਖੋ। ਹੁਣ ਸਮੱਸਿਆ ਕਿੱਥੇ ਪੈਦਾ ਹੁੰਦੀ ਆ, ਜਦ ਕੀ ਆ ਕਿ ਤੁਸੀਂ ਦੂਜੇ ਦੇ ਧਰਮ ਦੇ ਜਿਹੜੇ ਮਾਮਲੇ ਆ ਉਹਨਾਂ ਨੂੰ ਉਠਾਉਂਦੇ ਹੋ ਜਾਂ ਕਰਦੇ ਹੋ, ਕਿੰਤੂ ਪ੍ਰੰਤ ਉਹ ਵੀ ਕਿਸੇ ਹੱਦ ਤੱਕ ਚਲੋ ਠੀਕ ਆ, ਸਮੱਸਿਆ ਜਿਹੜੀ ਆ ਉਹ ਵੱਧਦੀ ਆ ਕਿ ਅਸੀਂ ਇਹ ਗੱਲ ਸਮਝ ਹੀ ਨਹੀਂ ਪਾਏ ਕਿ ਅੱਜ ਤੱਕ ਇਹ ਸਾਡੀ ਸੋਸਾਇਟੀ ਦੀ ਸਮੱਸਿਆ ਹੈ ਕਿ ਕੋਈ ਵੀ ਸ਼ਹੀਦ ਜਿਸ ਨੂੰ ਅਸੀਂ ਸ਼ਹੀਦ ਮੰਨਦੇ ਹੋ ਦੂਜੇ ਵਾਸਤੇ ਖਲਨਾਇਕ ਹੋ ਸਕਦਾ। ਬਿਲਕੁਲ ਸਹੀ ਗੱਲ ਕਹੀ, ਅਸੀਂ ਕੀ ਮੰਨਣਾ ਉਹ ਸਾਡੇ ਤੇ ਡਿਪੈਂਡ ਕਰਦਾ। ਹੁਣ ਫਰਜ਼ ਕਰੋ ਕਿ ਮੰਨ ਲਓ ਮੈਂ ਕਿਸੇ ਨੂੰ ਸ਼ਹੀਦ ਮੰਨਦਾ, ਮੇਰਾ ਭਰਾ ਉਹਨੂੰ ਕਹਿੰਦਾ ਕਿਦਾਂ ਨਾ ਮੇਰੀ ਨਜ਼ਰ ਦੇ ਵਿੱਚ ਯਾਰ ਮੇਰੇ ਲਈ ਹੈ ਸ਼ਹੀਦ ਸ਼ੂਦ, ਤਾਂ ਮੈਂ ਕੀ ਆਪਦਾ ਭਰਾ ਮਾਰ ਦੇਵਾਂ? ਹੋ ਸਕਦਾ ਉਹ ਜਿਹਨੂੰ ਆਈਡੀਅਲ ਮੰਨੇ ਮੈਂ ਉਸਨੂੰ ਨਹੀਂ ਮੰਨਦਾ ਆ। ਬਸ ਜੇ ਅਸੀਂ ਇਸ ਗੱਲ ਤੇ ਆ ਜਾਈਏ ਕਿ ਯਾਰ ਤੂੰ ਬੇਸ਼ੱਕ ਨਾ ਮੰਨ, ਸਾਡੇ ਵਾਸਤੇ ਸ਼ਹੀਦ, ਬਸ ਇੱਥੇ ਆ
ਕਿ ਉਹ ਉਹਨਾਂ ਤੇ ਗੱਲ ਕਰ ਦਿੰਦੇ ਆ, ਉਹਨਾਂ ਤੇ ਕਰ ਦਿੰਦੇ, ਕਿਉਂਕਿ ਹਲਵਾ ਮੰਡੇ ਦਾ ਮਸਲਾ ਬਿਲਕੁਲ ਬਿਲਕੁਲ ਉਧਰੋਂ ਵੀ ਹਲਵਾ ਮੰਡਾ ਚੱਲਦਾ ਜੇ, ਉਧਰੋਂ ਵੀ ਚੱਲਦਾ ਜੇ, ਦੋਨੋਂ ਪਾਸੇ ਹੀ ਚੱਲਦਾ। ਸਹੀ ਗੱਲ ਤੁਸੀਂ ਕਹੀ, ਪੁਆਇੰਟ ਬੜਾ ਤਗੜਾ ਤੁਸੀਂ ਕਿਹਾ। ਕੁਝ ਉਧਰ ਨੇ ਹੈਗੇ ਨੇ 15-20 ਉਧਰ ਆ, 15-20 ਉਧਰ ਆ, ਜਿਨ੍ਹਾਂ ਨੇ ਵੀਡੀਓ ਵੀਡੀਓ ਖੇਡਣਾ ਹੁੰਦਾ, ਟਾਈਮ ਬੰਨ ਲਿਆ, ਇੱਧਰ ਉੱਧਰ ਕਰ ਲਿਆ। ਪਟਿਆਲੇ ਚ ਤਾਂ ਤੁਸੀਂ ਦੇਖਿਆ ਕੀ ਹੋ ਗਿਆ ਸੀ। ਜੀ 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 ਜੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿ ਇੱਕ ਦੂਜੇ ਤੇ ਇਸ ਤਰ੍ਹਾਂ ਕਟਾਕਸ਼, ਰੈਡੀਕਲ ਬਿਆਨਬਾਜ਼ੀ, ਇਹ ਜਿਹੜੀ ਆ ਉਹ ਫਿਰ ਇੱਥੋਂ ਤੱਕ ਪਹੁੰਚੀ ਆ। ਮੇਰਾ ਮੰਨਣਾ ਤੇ ਇਹੋ ਆ ਕਿ ਇਹ ਜਿਹੜਾ ਹਮਲਾ ਹੋਇਆ ਵਾ, ਇਹ ਸ਼ਾਇਦ ਇਹਨਾਂ ਚੀਜ਼ਾਂ ਚੋਂ ਨਿਕਲਿਆ। ਬਾਕੀ ਪੁਲਿਸ ਪੁਸ਼ਟੀ ਕਰੇ ਕਿ ਬੰਦੇ ਫੜੇ ਗਏ ਨੇ, ਜੋ ਵੀ ਇਹਨਾਂ ਨੇ ਕੀਤਾ। ਮੈਂ ਤੇ ਬਾਈ ਇਸ ਕਾਰੇ ਨਾਲ ਨਹੀਂ ਸਹਿਮਤ। ਬਿਲਕੁਲ, ਆਪਾਂ ਸਵੇਰੇ ਵੀ ਗੱਲ ਕੀਤੀ ਸੀ, ਅਸੀਂ ਸਵੇਰੇ ਵੀ ਗਿਆ, ਅਸੀਂ ਸਵੇਰੇ ਵੀ ਇਹਦੀ ਕ੍ਰਿਟਿਸਾਈਜ਼ ਕੀਤਾ ਵੀ ਇਹ ਕੋ ਹੱਲ ਥੋੜੀ ਆ ਵੀ ਤੁਸੀਂ ਤਲਵਾਰਾਂ ਮਾਰ ਕੇ। ਇੱਕ ਅਖਬਾਰ ਨੇ ਤੇ ਇਥੋਂ ਤੱਕ ਲਿਖਿਆ ਕਿ ਇਹ ਮਤਲਬ ਕਿ ਜੋ ਉਹ ਜੇਬ ਵਾਲੀ ਗੋਲੀ ਮਿਲਦੀ ਆ, ਉਹ ਵੀ ਉੱਥੋਂ ਹਸਪਤਾਲ ਚੋਂ ਖਾ ਕੇ ਆਉਂਦੇ ਸਨ ਡੇਲੀ, ਤੇ ਉੱਥੋਂ ਹੀ ਇਹ ਕਿਤੇ ਨਿਕਲਿਆ ਤੇ ਉੱਥੇ ਹੀ ਮਗਰ ਲੱਗੇ ਨੇ ਘੁੰਮਦੇ ਘੁਮਾਉਂਦੇ। ਤੇ ਇਹ ਜਿਹੜੇ ਬੰਦੇ ਆ ਇਹ ਫੜੇ ਵੀ ਗਏ ਆ। ਚਲੋ, ਇੱਕ ਤੇ ਸਰਬਜੀਤ ਆ ਕੋਈ, ਇੱਕ ਹੈਗਾ ਮੇਰੇ ਖਿਆਲ ਦੇ ਨਾਲ ਹਰਜੋਤ, ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇੱਕ ਕੋਈ ਟਹਿਲ ਆ ਅੰਮ੍ਰਿਤਸਰ ਦਾ, ਟਹਿਲ ਸਿੰਘ, ਉਹ ਫਰਾਰ ਆ, ਬਾਕੀ ਦੋ ਜਿਹੜੇ ਆ ਅਰੈਸਟ ਕਰ ਲਏ ਆ। ਤਾਂ ਪਰ ਮੈਂ ਸਮਝਦਾ ਕਿ ਦੋਵਾਂ ਧਿਰਾਂ ਨੂੰ ਚਾਹੀਦਾ ਆ ਕਿ ਆਪਣਾ ਬਈ ਇਤਫਾਕ ਬਣਾ ਕੇ ਰੱਖੋ ਯਾਰ। ਜੇ ਨਹੀਂ, ਵਿਚਾਰਕ ਵਖਰੇਵੇਂ ਵੀ ਆ ਉਹ ਇੱਕ ਹੱਦ ਤੱਕ ਰਹਿਣੇ ਚਾਹੀਦੇ ਆ। ਬਿਲਕੁਲ, ਵਿਚਾਰਕ ਵਖਰੇਵਿਆਂ ਦੇ ਉੱਤੇ ਬੰਦਸ਼ਾਂ ਜਿਹੜੀਆਂ ਨੇ ਪ੍ਰੋਪਰ ਤਰੀਕੇ ਨਾਲ ਲੱਗਣੀ ਚਾਹੀਦੀਆਂ ਨੇ। ਅੱਛਾ, ਹਾਂਜੀ, ਇੱਕ ਚੀਜ਼ ਇਹ ਆ ਕਿ ਉੱਤੋਂ ਫਿਰ ਉਹ ਪਤਾ ਨੀ, ਮੈਨੂੰ ਨਾਂ ਭੁੱਲ ਜਾਂਦਾ, ਉਹ ਭਾਈ ਸਾਹਿਬ ਨੇ ਪਾਤੀ ਵੀਡੀਓ ਨਾਲ ਬਿਠਾ ਕੇ, ਦੋ ਤਿੰਨ ਨਿਹੰਗ ਸਿੰਘ, ਜਿਹੜਾ ਕੋਈ ਏਦਾਂ ਕਰੇਗਾ ਜੀ ਅਸੀਂ ਏਦਾਂ ਕਰਾਂਗੇ। ਤਾਂ ਗੱਲ ਇਹ ਆ ਕਿ ਤੁਸੀਂ ਕਿਹਦਾ ਨੁਕਸਾਨ ਕਰ ਰਹੇ ਹੋ। ਉਹ ਕਹਿਣਗੇ ਕਿ ਕੱਲ ਹੀ ਸਹੁੰ ਚੁੱਕੀ ਆ, ਹਾਲੇ ਸਹੁੰ ਹੀ ਚੁੱਕੀ ਆ, ਤੇ ਇਹਨਾਂ ਨੇ ਸਿਰ ਵੱਢਣੇ ਵੀ ਸ਼ੁਰੂ ਕਰਤੇ ਆ ਮਾਈਨੋਰਟੀ ਦੇ। ਬਿਲਕੁਲ, ਪੰਜਾਬ ਚ ਤਾਂ ਮਾਈਨੋਰਟੀ ਆ ਨਾ, ਤੇ ਜਿੱਦਣ ਇਹ ਪੂਰੇ ਪਾਵਰ ਚ ਆ ਗਏ ਉਦਣ ਕੀ ਕਰਨਗੇ? ਤਾਂ ਤੁਸੀਂ ਨੁਕਸਾਨ ਕਿਦਾ ਕਰ ਰਹੇ ਹੋ, ਫਾਇਦਾ ਕਿਦਾ ਕਰ ਰਹੇ? ਬਿਲਕੁਲ ਸਹੀ ਗੱਲ ਕਹਿ ਰਹੇ ਹੋ ਤੁਸੀਂ ਬਿੰਦੂ ਜੀ, 100% ਤਾਂ ਨਾ ਮੈਂ ਸਹਿਮਤ ਹਾਂ। ਸਵੇਰੇ ਵੀ ਆਪਾਂ ਗੱਲ ਕੀਤੀ ਸੀ ਕਿ ਹੁਣ ਵੀ ਕੀਤੀ ਹੈ, ਇਹਦੀ ਨਿੰਦਾ ਕਰਦੇ ਆ। ਗੱਲ ਇਹ ਆ ਕਿ ਕੁਝ ਇਹੋ ਜਿਹੇ ਉੱਥੇ ਸੋ ਕਾਲਡ, ਉਹ ਇੱਕ ਸਿਰੇ ਪੱਟੀ ਸਾਹਿਬ ਨੇ ਵੀ ਗੱਲ ਸੁਣਾਈ ਸੀ ਕਿ ਇੱਕ ਪੱਤਰਕਾਰ ਇੰਟਰਵਿਊ ਲੈਣ ਚ ਲੱਗਿਆ, ਤੇ ਉਹਨੇ ਇੰਟਰਵਿਊ ਲੈਂਦਿਆਂ ਲੈਂਦਿਆਂ ਕਹਿੰਦਾ ਵੀ ਉਹਦੇ, ਆਪਾਂ ਵੀ ਵੇਖੀ ਸੀ ਵੀਡੀਓ ਵਾਇਰਲ ਹੋਈ, ਕਹਿੰਦਾ ਵੀ ਤੇਰੇ ਉਹਨੇ ਮੂੰਹ ਤੇ ਨਾ ਝੱਬੂ ਪਾ ਤਾ ਉਹਦੇ, ਹਨਾ, ਵੇਖੀ ਸੀ ਨਾ ਵੀਡੀਓ। ਥੋੜੀ ਗੱਲ ਹੁੰਦੀ ਹੈ, ਅਗਲੇ ਨੂੰ ਬੋਲਣ ਦੀ ਹੱਕ ਆ, ਪਰ ਬੋਲੋ ਧਰਮ ਦੇ, ਤੁਸੀਂ ਅਗਲੇ ਦੇ ਮਾਵਾਂ ਭੈਣਾਂ ਨੂੰ ਗਾਲਾਂ ਕੱਢਣ ਲੱਗ ਪੈਂਦੇ ਹੋ, 2% ਕਹਿ ਕੇ ਕ੍ਰਿਟੀਸਾਈਜ਼ ਕਰਨ ਲੱਗ ਪੈਂਦੇ ਹੋ, ਸਾਰਿਆਂ ਨੂੰ ਤੁਸੀਂ ਇੱਕੋ ਚੱਕੀ ਦੇ ਵਿੱਚ ਬੰਨ ਲੈਂਦੇ ਹੋ, ਤੇ ਫਿਰ ਬਈ ਮਾੜੀ ਗੱਲ ਹੈ। ਮਾੜੀ ਗੱਲ ਤੇ ਮਾੜੀ ਕਹਿਣੀ ਆ, ਜਿੱਥੇ ਚੰਗੀ ਆ ਉੱਥੇ ਚੰਗੀ ਕਹਿਣੀ ਆ। ਤੁਹਾਡਾ ਧੰਨਵਾਦ ਸਮਾਂ ਦੇਣ ਲਈ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਦੋਸਤੋ, ਇਹ ਸਨ ਜੀ ਮਿੰਟੂ ਗੁਰੂ ਸਰੀਆ ਜੀ, CGMR 1320 ਮੀਟਰ ਬੈਂਡ। ਸਵੇਰੇ ਮੇਰੀ ਤਾਂ ਛੁੱਟੀ ਹੈ, ਕੱਲ੍ਹ 3-5 ਅਰਸ਼ ਹਾਜ਼ਰ ਹੋਣਗੇ ਇਸੇ ਚੈਨਲ 'ਤੇ, ਸੰਡੇ 1-3 ਹਾਜ਼ਰ ਹੋਣਗੇ। ਸਾਡੀ ਤੁਹਾਡੀ ਮੁਲਾਕਾਤ, ਸਭ ਕੁਝ ਠੀਕ ਠਾਕ ਰਿਹਾ, ਸਿਲਸਿਲਾ ਚੱਲਦਾ ਰਿਹਾ, ਅਤੇ ਸੋਮਵਾਰ ਨੂੰ 10-12 ਹਾਜ਼ਰ ਹੋਵਾਂਗੇ। ਸਵੇਰੇ 9-10 ਗੁੱਡ ਮੋਰਨਿੰਗ ਸ਼ੋ ਅਰਸ਼ ਪੇਸ਼ ਕਰਦੇ ਨੇ, ਉਸ ਤੋਂ ਬਾਅਦ ਸਾਡੀ ਟੀਮ ਹਾਜ਼ਰ ਹੁੰਦੀ ਹੈ। ਭੁੱਲਾਂ ਚੁੱਕਾਂ ਦੀ ਮਾਫ਼ੀ, ਦੁਆਵਾਂ ਨੂੰ ਯਾਦ ਰੱਖਣਾ, ਰੱਬ ਰਾਖਾ, ਸਤਿ ਸ੍ਰੀ ਅਕਾਲ। You're listening to CNN Toronto, Chawla News Network, Toronto.